fun. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਤਰਾ ਸ਼੍ਰੀ ਹੋਮਗੜ ਸਾਹਿਬ 2018 ਹਰ ਸਿੱਖੀ ਘਰ ਆਇਆ ਜਾ ਰਿਹਾ ਸੀ। ਇੱਥੋਂ ਦੀ ਸਰਕਾਰ ਪੁਲਿਸ ਜੋ ਕਿ ਨਿਸ਼ਾਨ ਸਾਹਿਬ ਕੇਸ ਨਿਸ਼ਾਨ ਸਾਹਿਬ ਦਵਾਏ ਜਾ ਰਹੇ ਹਨ, ਆਪਾਂ ਪੁੱਛਣਾ ਚਾਹ ਰਹੇ ਕਾਰਨ ਕੀ ਹੈ ਸਰ ਜੀ? ਹਮੇਸ਼ਾ ਹਰ ਵਾਰ ਸਿੱਖਾਂ ਦੇ ਨਾਲ ਧੱਕਾ ਕਿਉਂ ਕੀਤਾ ਜਾਂਦਾ ਹੈ? ਹਾਂਜੀ ਸਰ, ਦੱਸੋਗੇ ਜੀ ਇਹਦੇ ਪਿੱਛੇ ਕਾਰਨ ਕੀ ਹੈ? ਆਪ ਉਧਰ ਜਾ ਰਹੇ ਹੋ ਬੜੇ ਸਵਨਿਹਾਰ ਜਨਰਲ ਸਿੰਘ ਖਾਲਸਾ ਪਿੰਡਰਾ ਵਾਲੇ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਦੀ ਸੋਚ ਤੇ ਪੈਰਾਂ ਦਿਆਂ ਨੇ ਠੋਕੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜ਼ਿੰਦਾਬਾਦ। क्या वजह क्या है, क्यों उतार रहे हो गन्ने? सर पूछ रहे हैं हम आपसे, शर्म तो इसके पीछे कारण क्या है? इसके पीछे सर जी मैं ये कहना चाहना, जो जो एक्शन लिया जाता लिया जाए। मेरे मोटरसाइकिल की बाइक मैं प्रेशर वोटर लुधियाना तो पंजाब, मैं हरबंस सिंह है, डीएसपी चमोली की पोस्ट से अपॉइंटेड है। अजकल एक फोर्स टाइप के बिलकुल आदेश नहीं है सी निशान साहब उतारन दे या खंडा साहब उतारन दे। आदेश सिर्फ इतने हैगे सी ਵੀ ਜਿਹੜੇ ਡੰਡੇ ਮੋਟਰਸਾਈਕਲਾਂ ਤੇ ਟੇਢੇ ਮੇਢੇ ਲੱਗੇ ਨੇ ਜਿਨ੍ਹਾਂ ਨਾਲ ਐਕਸੀਡੈਂਟ ਹੋਣ ਦੀ ਸੰਭਾਵਨਾ ਹੈਗੀ, ਉਹਨਾਂ ਨੂੰ ਹਟਾਉਣ ਤੇ ਕਿਹਾ ਸੀ ਉੱਤਰਾਖੰਡ ਪੁਲਿਸ ਦਾ ਜਾਂ ਚਮੋਲੀ ਪੁਲਿਸ ਦਾ। ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ, ਕੋਈ ਇਹਦੇ ਆਦੇਸ਼ ਵੀ ਨਹੀਂ ਹੈਗਾ ਸੀ। ਅਤੇ ਸਾਰੀ ਸਾਧ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਤਾਂ ਕਿ ਕਿਸੇ ਵੀ ਪ੍ਰਕਾਰ ਦਾ ਸੰਪਰਦਾਇਕ ਸੁਹਾਰਦ ਖਰਾਬ ਨਾ ਹੋਏ। ਬਹੁਤ ਧੰਨਵਾਦ।